ਜਿਹੜਾ ਪੱਖਾ ਇਹ ਜਿਹੜਾ ਪੱਖਾ ਮਿੱਟੀ ਦੇ ਤੇਲ ਤੇ ਚੱਲਦਾ ਇਹ ਕੋਈ 150 ਸਾਲ ਪੁਰਾਣਾ ਮੇਡ ਇਨ ਇੰਗਲੈਂਡ ਹੈ। ਉਸ ਟਾਈਮ ਦੇ ਵਿੱਚ ਇਹ ਜਿਹੜਾ 1 ਲੀਟਰ ਤੇਲ ਦੇ ਨਾਲ ਕਰੀਬ 12 ਘੰਟੇ ਇਹ ਚੱਲਦਾ। ਇਹਦਾ ਮੈਕਨਿਜ਼ਮ ਪੱਖੇ ਦਾ ਇਹ ਕਿਸੇ ਰਿਆਸਤ ਵਿੱਚੋਂ ਆਇਆ ਹੋਇਆ ਇਹ ਪੱਖਾ ਸਿੱਧੂ ਰਿਆਸਤ ਦੇ ਵਿੱਚ ਆ ਚੁੱਕਿਆ। ਇਹਦਾ ਮੈਕਨਿਜ਼ਮ ਜਿਹੜਾ ਹੈਗਾ ਇਹਦੇ ਥੱਲੇ ਲੈਂਪ ਲੱਗਿਆ, ਲੈਂਪ ਦੇ ਵਿੱਚ ਤੇਲ ਪਾਉਂਦਾ, ਉਹਦੇ ਹੀ ਨਾਲ ਸਾਰਾ ਇਹ ਚੱਲਦਾ। ਹਾਂ, ਇਹਦੀ ਜਿਹੜੀ ਫਾਇਰ ਹੈ ਉਹ ਇੱਥੋਂ ਚੱਲਦੀ ਹੈ, ਉਹਦੇ ਲੈਂਪ ਦੀ ਜਿਹੜੀ ਲਾਈਟ ਜਾ ਰਹੀ ਹੈ ਉੱਤੇ ਉਹਦੇ ਵਿੱਚੋਂ ਗਰਮ ਹੋ ਕੇ ਅੱਗੇ ਚੱਲਦਾ। ਹੁਣ ਇਹਦੀ ਸਪੀਡ ਹੌਲੀ ਹੌਲੀ ਜਿਵੇਂ ਜਿਵੇਂ ਸੇਕ ਵਧੀ ਜਾਂਦਾ ਉਹਦੀ ਸਪੀਡ ਵਧੀ ਜਾਂਦੀ ਹੈ। ਹਾਂ।